ਆਕਸੀਜਨ ਲਾਓ ਤਾਂ ਥੋੜਾ ਸਾਹ ਨਿਕਲਦਾ ਨਾ, ਲੈ ਜਾਂਦੇ ਆ ਹੈ। ਆ ਮੁੰਡੇ ਬਾਹਰ ਫੋਨ ਕਰੇ ਬਾਹਰ ਲੈਣੇ ਵਾਸਤੇ, ਤਾਂ ਇਹਨੇ ਕੱਖ ਨੀ। ਨਹੀਂ 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 ਨਹੀਂ, ਟਾਈਮ ਨਹੀਂ ਹੈ, ਟਾਈਮ ਨਹੀਂ ਹੈ, ਟਾਈਮ ਨਹੀਂ ਹੈ। ਓ ਪੁੱਤਰਾ, ਓ ਮੇਰਾ ਦਿਆਲ ਓਏ, ਓ ਵੀਰਾ ਨਹੀਂ ਮੰਡੀ ਨੇ ਪਿਛਾ ਵਾਲੀ ਪੈਪ ਬਲਾਕ ਹੋਈ ਨੀ। ਮੈਂ ਕਿਹਾ 3 ਵਜੇ ਮੈਂ ਪੈਪ ਆ ਜਿੰਨੇ ਕਰੇ ਜਿੰਨੀਆਂ ਪੈਪ ਬਲਾਕ ਹੋਈ ਦੀ ਪੈਪ ਖੋਲੋ ਪਿਛਾ ਬਾਥਰੂਮ ਆਇਆ ਨੀ। ਨਹੀਂ ਵੀਰ ਪੈਪ ਨਹੀਂ ਖੋਲੀ, ਯਾਦ ਹੈ 8 ਵਜੇ ਆਉਣਾ ਹੈ, 8-9 ਵਜੇ ਸੁੱਤੇ 3 ਵਜੇ ਨਹੀਂ ਨਿਕਲੇ ਵੀਰ ਬਾਹਰ, ਨਹੀਂ ਨਿਕਲੇ, ਉਹ ਨਹੀਂ ਨਿਕਲੇ ਉਹ ਮੇਰੀ ਗਾਈ ਵੀ ਸਫਾਈ ਹੈ ਮੇਰੀ ਵੀਰਾ। ਮੇਰੀ ਭਾਬੀ ਨੇ ਚੌਥ ਆਇਆ ਸੀ, ਇਹਨੇ ਵੈਟੀਨੇਟਰ ਪਰ ਰੱਖਿਆ ਤੇ ਕੱਲ੍ਹ ਇਹਨੇ ਬਾਹਰ 'ਚ ਸ਼ਿਫਟ ਕੀਤਾ। ਠੀਕ ਹੈ, ਗੱਲਬਾਤ ਕਰਾ ਦੇ, ਅੱਖਾਂ ਖੋਲ੍ਹਾ ਦੇ, ਪਹਿਚਾਣਾ ਦੇ। ਰਾਤੀ ਡਾਕਟਰ ਕੇਅਰ ਨਹੀਂ ਕੀਤੀ, 3 ਵਜੇ ਦੇ ਅਸੀਂ ਬੁਲਾ ਦੇ ਡਾਕਟਰ, ਵੀ ਡਾਕਟਰ ਸੁੱਤੇ ਦੇ ਡਾਕਟਰ, ਇੱਕ ਡਾਕਟਰ ਨਹੀਂ ਆਇਆ 9 ਵਜੇ ਡਾਕਟਰ ਆ ਵਾਲੇ, ਅਤੇ ਨਾ ਇਹਨੇ ਸਾਨੂੰ ਸ਼ਿਫਟ ਕੀਤਾ ਵੀ ਗਿਆ ਕੁਦਰ ਅੱਗੇ ਪਿੱਛੇ। ਬਿਲਕੁਲ ਨੀ, ਰੋਜ ਡਿੱਗਦੇ ਹੋ ਤੁਸੀਂ, ਰੋਜ਼ ਆਸੇ ਲੱਗੇ ਹੋਣ ਇੱਥੇ, ਡਾਕਟਰ ਦੀ ਨਾ ਲੈ ਕੀ ਆ ਵੀ ਆ। ਡਿਮਾਂਡ ਕੀ ਹੈ ਬਈਆ, ਡਾਕਟਰ ਦੀ ਥੋੜੀ ਖਿੱਚ ਕਰਨੀ ਚਾਹੀਦੀ ਹੈ, ਤੇਰੀ ਨਲਾਇਕੀ ਕਰਨਾ ਇਹ ਕਾਰਨ ਹੋਇਆ, ਠੀਕ ਹੈ, ਤੇ ਡਾਕਟਰ ਉਹਨਾਂ ਦਾ ਗੈਪ ਹੈ। ਬਾਹਰ ਛਿਫਟ ਕਰੋ ਉਹ ਭਰਾਵਾ, ਨਹੀਂ ਸੁਪੁੱਤਰਾ ਸੁਣਦੇ ਸਾਡੀ, ਨਹੀਂ ਸੁਣਦੇ। ਅਸੀਂ 3 ਵਜੇ ਠਾਣੇ ਨਾ ਗਏ, 8 ਵਜੇ ਲਾਂਬੂ ਲੱਗੀ ਜਾਣੀ, ਹੁਣ ਜਦੋਂ ਮਰ ਗਏ ਜਦੋਂ ਲਾਂਬੂ ਲੈਣੇ, ਪੁੱਤਰਾ ਅਸੀਂ ਸਵੇਰੇ 3 ਵਜੇ ਤੇ 3:30 ਵਜੇ 2:30 ਵਜੇ ਉਹ ਲੈ ਲਗੇ ਭਰਾਵਾ ਪੁੱਤਰਾ ਜਾਣ, ਉਹ ਲੈ ਲਗੇ ਫਿਰਨ, ਇਹ ਪੁੱਛਦਾ ਤੇ 8 ਵਜੇ ਆਉਣਾ ਹੈ, ਜੇ ਉਹਦੀ ਮਰ ਜਾਣ ਠੀਕ ਆ ਫਿਰ ਉਹਨੇ ਕਿੰਨੇ ਵਜੇ ਆਉਣਾ ਹੈ, ਜੇ ਉਹਦੀ ਰਨ ਮਰ ਜਾ ਉਹਨੇ ਕਿੰਨੇ ਵਜੇ ਆਉਣਾ, ਲਾਂਬੂ ਲੈ ਸਾਰ ਦਾ ਫੂਕਣ ਸੀ ਵੀ ਇਹ ਗੱਲ ਦੱਸੋ ਹਾਂ ਤੁਸੀਂ ਹੈ, ਲਾਂਬੂ ਲੱਗ ਜਾਣਗੀ, ਇਹ ਸਟਾਫ ਸਾਰਾ ਬਦਲੀ ਕਰੋ, ਏਕਾ ਕਰੋ ਤੇ ਬਦਲੀ ਕਰੋ, ਕੋਈ ਨੀ ਮੋਦੀ ਨੇ ਕਿਹੜੇ ਕਾਨੂੰਨ ਸਾਡੇ ਜੋ ਕੱਢੇ ਨੇ, ਅਸੀਂ ਮਰਨੇ ਦੇ ਕਾਨੂੰਨ ਕੱਢੇ ਸਾਡੇ ਜੋ, ਤਾਂ ਮਾਰਨਾ ਲੇਤਾ ਨੀ, ਅਸੀਂ ਠੀਕ ਠਾਕ ਗੱਲਬਾਤ ਕਰਿਆ ਦੀ ਬੜੀ ਸੋਹਣੀ ਬੈਠੀ, ਐ ਪਾਣੀ ਮੰਗਿਆ ਮੈਂ ਸੁਣ, ਮੈਂ ਕਾਰ ਚਲੀ ਆਖੇ ਗਈ, ਮੈਂ ਕਿਹਾ ਕਾਰ ਚਲਾਂਗੀ ਤਾਂ ਹੈ ਸ਼ਿਫਟ ਕੀਤੇ ਬਾੜਾ ਚ, ਤਾਂ ਮੁੜ ਕੇ ਕਹਿ ਕੇ ਤਣੇ ਉੱਥੇ ਪੁੱਛਿਆ ਨੀ, ਗੁਲੂਕੋਸ਼ ਇੱਕ ਲਾਇਆ ਹਾ, ਆਕਸੀਜਨ ਖਰਾਬ ਸੀ, ਆਈਸੀਯੂ ਸਹੀ ਚੱਲਿਆ, ਤਾਂ ਉੱਥੇ ਕਹਿ ਕੇ ਤਣੇ ਬੀਪੀ ਹੈ ਜਿਹੜਾ ਉਹ ਵੀ ਮਤਲਬ ਐ ਨਹੀਂ ਠੀਕ ਆ, ਵਾਦਾ ਕਦੇ ਘੱਟ ਕਦੇ ਵੱਧ, ਤਾਂ ਉਹ ਵੀ ਐ ਨਹੀਂ ਠੀਕ ਹੈ ਵੀ ਉਹ ਵੀ, ਤਾਂ ਦੂਆ ਨੰਬਰ ਇਹਨੇ ਅਸੀਂ ਕਿੰਨੇ ਵਜੇ ਬੁਲਾਣਗੇ ਵੱਡਾ ਦੇ ਪੁੱਤਰਾ, ਅਸੀਂ ਕੋਈ ਨਾ ਜ਼ੋਰ ਵਰ ਗਏ ਆ, ਤੇ ਇਹਨੇ ਬਿਲਕੁਲ ਨੀ, ਇੱਕ ਅੰਦਰ ਦੇ ਕੰਨੇ ਸੁੱਤੀ ਆ, ਕਹਿੰਦੇ ਅਸੀਂ ਆਇਆ ਡਿਊਟੀ ਨਹੀਂ ਹੋਈ, ਤੇ ਹੁਣ ਜਲਿਆ ਬਾਹਰ ਕੱਢ ਕਹਿੰਦਾ ਰੰਡੀ ਉੱਥੋਂ ਆਈ ਹੈ, ਫਿਰ ਉਹ ਕਿੱਥੋਂ ਆਈ ਹੈ ਕੰਨੇ ਸੁੱਤੀ, ਤਾਂ ਅਸੀਂ ਆਖਿਆ ਅੰਦਰ ਆ ਸੁੱਤੇ ਨੇ ਤੇ ਬੁਲਾਓ ਭਲਾ ਦਿਖਾ, ਇਹਦਾ ਮਤਲਬ ਪਿਸ਼ਾਬ ਵਾਲੀ ਪੈਪ ਜਿਹੜੀ ਹੈ ਬਲਾਕ ਹੋ ਗਈ ਆ, ਪਿਸ਼ਾਬ ਨਹੀਂ ਆ ਰਿਹਾ, ਪੇਟ ਫੁੱਲ ਗਿਆ ਜਾ, ਤੇ ਤੁਸੀਂ ਇਹਦੇ ਦੇਖੋ, ਨਹੀਂ ਪੁੱਤਰਾ ਦੇਖਿਆ ਉਹਨੇ, ਉਹਨੇ ਨਹੀਂ ਦੇਖਿਆ ਕੋਈ ਸੁਣਾਈ ਨਹੀਂ ਸਾਡੀ, ਉਹ ਜਵਾਨ ਚੱਕੀ ਮਾੜੀ ਪੈਰ ਮਾਰ ਗਈ ਹੈ, ਹੁਣ ਇੱਦਾਂ ਕਿਆ ਬਣਿਆਗਾ, ਇੰਦਾ ਕਰੋ ਬੰਦੋਸ ਰੱਖ ਲਿਆ, ਇੰਨਾ ਬੰਦੋਸ ਬਾਬਾ ਪੁੱਤਰਾ ਦਾ, ਇਹਨੇ ਕੁੱਧਰ ਜਾਣਾ ਹੁਣ, ਕਿਹੜੀ ਜਗ੍ਹਾ ਜਾਣਾ ਇਹਨੇ, ਹੈ ਇਹਨੇ ਮਰਵਾਏ ਡਾਕਟਰ, ਮਰਵਾਏ ਡਾਕਟਰ, ਮਰਵਾਏ ਅਸੀਂ ਪੁੱਤਰਾ ਹੀ ਵੱਡਾ ਲੱਗੇ ਹਾਂ, ਫਿਰ ਅਸੀਂ ਲੜੀਆਂ ਲੇਖਾ ਫਿਰ ਗਿਆ ਸਾਰਾ ਟੱਬਰ, ਅਸੀਂ ਉਹ 10 ਮੁੰਡੇ ਵਿਚਾਰੇ ਫਿਰ ਗਿਆ ਪੁੱਤਰਾ, ਨਹੀਂ ਆਉਂਦੇ ਜੀ ਇਹਨੀ ਪੁੱਤਰਾ ਆਉਂਦੇ, ਅਸੀਂ ਬੜੇ ਦੁਖੀ ਆ ਹੈ, ਉਹ ਹੁਣ ਜਲਿਆ ਉੱਥੋਂ ਦਾ ਆਕਸੀਜਨ ਖਤਮ ਹੋ ਗਈ, ਜਲੇ ਸਾਹ ਘੱਟ ਹੋ ਗਿਆ ਬਿਲਕੁਲ, ਤਾਂ ਫਿਰ ਕਿਆ ਕੀਤਾ ਅਮਰਜੈਂਸੀ ਬਾਹਰ ਰੱਖ ਛੋਟੇ ਪੁੱਤਰਾ, ਹੁਣ ਡਾਕੇ ਕਿਆ ਕਰਨਾ ਜੋ, ਹੁਣ ਡਾਕੇ ਕਰਨਾ ਕਿਆ ਜੋ ਸੀ ਹੈ, ਤਾਂ ਇਹਨੇ ਅਸੀਂ ਤਰਲੇ ਕੀਤੇ ਹੈਗੇ ਅਮਰਜੈਂਸੀ ਬਾਹਰ ਲੈ ਜਾਓ,
ਜੇ ਤੁਹਾਡੇ ਕੋਲ ਨਹੀਂ ਇਲਾਜ ਹੁੰਦਾ ਰੈਫਰ ਪਾਓ, ਤਾਂ ਰੈਫਰ ਪਾ ਗਿਆ ਤਾਂ ਜਦੋਂ ਮਰਜ਼ੀ ਲੈ ਜਾਂਗੇ ਇਹ ਲਿਖ ਕੇ ਦੋ।